ਅਸੀਂ ਸਵੇਰੇ ਅਸੀਂ ਗਏ ਸੀ ਨਾ ਜੋ ਕਵਰੇਜ ਕਰਨ ਗਏ, ਮੈਂ ਮੋਟਰਸਾਈਕਲ ਖੜਾ ਕਰਕੇ ਉਤਰਿਆ ਜੀ, ਆਈ ਡੀ ਆਪਦੀ ਲੈ ਕੇ ਸੀ, ਜਿਹੜੀ ਆਈ ਡੀ ਮੇਰੇ ਕੋਲ ਸੀਗਾ। ਉੱਧਰੋਂ ਮੁਲਾਜ਼ਮ ਆਏ ਜੀ, ਉਹਨਾਂ ਆਣ ਕੇ ਨਾ ਮੇਰੀ ਡਾਂਗ ਮਾਰੀ। ਮੈਂ ਬਾਅਦ 'ਚ ਮੈਂ ਆਪਦਾ ਮੋਬਾਈਲ ਕੱਢਿਆ ਜੀ, ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗਾ, ਤਾਂ ਫਿਰ ਉਹਨਾਂ ਆਣ ਕੇ ਮੇਰੀ ਡਾਂਗ ਮਾਰੀ, 4-5 ਡਾਂਗ ਮਾਰੀਆਂ ਜੀ। ਬਹੁਤ ਦੋ ਹੱਥ 'ਤੇ ਵੱਜੀ ਹੈ, ਇੱਕ ਇਹ ਇਨਫੈਕਟ ਹੋ ਗਿਆ, ਜ਼ਿਆਦਾ ਟੁੱਟ ਗਈਆਂ ਹੱਡੀਆਂ ਦੋ ਉਂਗਲਾਂ ਦੀਆਂ। ਮੇਰੇ ਕੋਲ ਧੱਕਾ ਮੁੱਕੇ ਹੋਏ ਬਚਾਅ ਆ, ਪਰ ਇਹ ਹੈ ਕਿ ਕੈਮਰਾਮੈਨ ਦੀਆਂ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਉਹ ਟੁੱਟ ਗਈਆਂ, ਜੋ ਕਿ ਪੁਲਿਸ ਦੀ ਜਿਹੜੀ ਸ਼ਰੇਆਮ ਉੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ। ਪਰ ਸ਼ਾਮ ਤੱਕ ਜਦੋਂ ਮੀਡੀਆ ਨੂੰ ਨਿਆਂ ਨਾ ਮਿਲਿਆ, ਐਸ ਐਸ ਪੀ ਵੱਲੋਂ 14-15 ਵਾਰੀ ਕਿਹਾ ਗਿਆ ਕਿ ਹਾਂ ਇਹਨਾਂ ਦਾ ਮੋਬਾਈਲ ਦਿੱਤਾ ਜਾਵੇ, ਇਹਨਾਂ 'ਤੇ ਪੱਟੀ ਕਰਾਈ ਜਾਵੇ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਮੇਰੇ ਕੈਮਰਾਮੈਨ ਦੀਆਂ ਉਂਗਲਾਂ ਜਿਹੜੀਆਂ ਟੁੱਟ ਗਈਆਂ। ਅਤੇ ਉਸ ਤੋਂ ਬਾਅਦ ਅਸੀਂ ਰਾਜਪਾਲ ਸੰਧੂ ਜੀ, ਜਿਹੜੇ ਡੀ ਆਈ ਜੀ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਮੈਂ ਜੋ ਜ਼ਿੰਮੇਵਾਰ ਹਾਂ, ਮੈਂ ਫੋਨ ਤੁਹਾਡਾ ਲੈ ਕੇ ਦਊਂਗਾ, ਔਰ ਮੈਂ ਉਹਨਾਂ ਨੂੰ ਹੱਥ ਵੀ ਦਿਖਾਇਆ। ਮੈਂ ਕਿਹਾ ਆਹ ਗੁੰਡਾਗਰਦੀ ਕੀਤੀ ਹੈ ਮੀਡੀਆ ਦੇ ਨਾਲ ਪੁਲਿਸ ਨੇ। ਦੱਸਿਆ ਕਿ ਹਾਂ ਵੀ ਜੀ ਆਈ ਡੀ ਹੱਥ ਦੇ ਵਿੱਚ ਫੜੀ ਹੋਈ ਆ, ਉਸ ਦੇ ਬਾਵਜੂਦ ਜਦੋਂ ਪੁਲਿਸ ਜਿਹੜੀ ਗੁੰਡਾਗਰਦੀ ਕਰਦੀ ਆ, ਇਹਦਾ ਮਤਲਬ ਜਾਣ ਬੁੱਝ ਕੇ ਜੇਕਰ ਅੱਜ ਮੁਲਾਜ਼ਮ ਮਰਿਆ, ਪੁਲਿਸ ਦੀ ਨਲਾਇਕੀ ਕਾਰਨ ਮਰਿਆ। ਇਹ ਜਿਹੜੀ ਗੁੰਡਾਗਰਦੀ ਆ ਇਹ ਠੀਕ ਨਹੀਂ। ਜੇਕਰ ਮੀਡੀਆ ਅੱਜ ਲੋਕਾਂ ਦੇ ਨਿਆਂ ਹੁੰਦਾ, ਤਾਂ ਜੇਕਰ ਮੀਡੀਆ ਦੇ ਨਾਲ ਧੱਕਾ ਹੁੰਦਾ ਵਾ ਪੁਲਿਸ ਦਾ, ਇਹ ਸ਼ਰੇਆਮ ਅਸੀਂ ਹਟਾਵਾਂਗੇ, ਇਸ ਗੱਲ ਤੋਂ ਅਸੀਂ ਡਰਦੇ ਨਹੀਂ। ਆਫਿਸਰਾਂ ਵੱਲੋਂ ਮੈਨੂੰ ਫੋਨ ਕੀਤਾ ਗਿਆ, ਕਹਿੰਦੇ ਕਿ ਜੇ ਤੁਹਾਡਾ ਜਿਹੜਾ ਫੋਨ ਵਾ ਉਹ ਜਿਹੜਾ ਵਾ ਉਹਦੀ ਅਸੀਂ ਜਿਹੜੀ ਪੇਮੈਂਟ ਜਿਹੜੀ ਅਸੀਂ ਕਰ ਦਿੰਦੇ ਹਾਂ। ਅਸੀਂ ਕਿਹਾ ਅਸੀਂ ਪੈਸੇ ਲੈਣ ਦੇ ਭੁੱਖੇ ਨਹੀਂ ਗਏ, ਸਾਨੂੰ ਨਿਆਂ ਚਾਹੀਦਾ, ਸਾਨੂੰ ਉਹੀ ਮੋਬਾਈਲ ਚਾਹੀਦਾ ਜਿਹੜਾ ਸਾਡਾ ਮੋਬਾਈਲ ਜ਼ਬਤ ਕੀਤਾ। ਪੁਲਿਸ ਮੁਲਾਜ਼ਮ ਵੱਲੋਂ ਗੁੰਡਾਗਰਦੀ ਕੀਤੀ ਗਈ, ਸ਼ਰੇਆਮ ਲੋਹੇ ਦੀ ਡਾਂਗ ਵਰਤੀ ਗਈ, ਜਿਹੜੀ ਕਿ ਬੈਨ ਵਾ ਪੰਜਾਬ ਪੁਲਿਸ ਦੇ ਵਿੱਚ, ਬੈਂਤ ਦੀ ਜਿਹੜੀ ਡਾਂਗ ਆ ਉਹ ਵਰਤ ਸਕਦੇ ਆ, ਕਿਉਂਕਿ ਉਹ ਜਦੋਂ ਹੱਡੀ 'ਤੇ ਵੱਜਦੀ ਜੰਪ ਕਰਦੀ ਆ, ਉਹ ਲਾਸ਼ ਪਾ ਦਿੰਦੀ ਆ, ਪਰ ਇਹ ਆ ਕਿ ਉਹ ਹੱਡੀ ਨਹੀਂ ਤੋੜ ਸਕਦੀ। ਜਿਹੜੀ ਲੋਹੇ ਦੀ ਡਾਂਗ ਵਰਤੀ ਗਈ ਆ, ਉਸ ਦੀ ਵੀਡੀਓ ਸਾਡੇ ਕੋਲ ਪ੍ਰੋਪਰਲੀ। ਅਸੀਂ ਸਵੇਰੇ ਅਸੀਂ ਗਏ ਸੀ ਨਾ ਜੋ ਕਵਰੇਜ ਕਰਨ ਗਏ, ਮੈਂ ਮੋਟਰਸਾਈਕਲ ਖੜਾ ਕਰਕੇ ਉਤਰਿਆ ਜੀ, ਆਈ ਡੀ ਆਪਦੀ ਲੈ ਕੇ, ਪੀ ਟੀ ਸੀ ਜਿਹੜੀ ਆਈ ਡੀ ਮੇਰੇ ਕੋਲ ਸੀਗਾ। ਉੱਧਰੋਂ ਮੁਲਾਜ਼ਮ ਆਏ ਜੀ, ਉਹਨਾਂ ਆਣ ਕੇ ਨਾ ਮੇਰੀ ਡਾਂਗ ਮਾਰੀ, ਜਿਹੜੀ ਮੇਰੀ ਆਈ ਡੀ ਸੀ ਉਹ ਥੱਲੇ ਡੈ ਪਈ ਜੀ। ਮੈਂ ਬਾਅਦ 'ਚ ਮੈਂ ਆਪਦਾ ਮੋਬਾਈਲ ਕੱਢਿਆ ਜੀ, ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗਾ, ਤਾਂ ਫਿਰ ਉਹਨਾਂ ਆਣ ਕੇ ਮੇਰੀ ਡਾਂਗ ਮਾਰੀ, 4-5 ਡਾਂਗ ਮਾਰੀਆਂ ਜੀ। ਬਹੁਤ ਦੋ ਹੱਥ 'ਤੇ ਵੱਜੀ ਹੈ, ਇੱਕ ਇਹ ਇਨਫੈਕਟ ਹੋ ਗਿਆ, ਜ਼ਿਆਦਾ ਟੁੱਟ ਗਈਆਂ ਹੱਡੀਆਂ ਦੋ ਉਂਗਲਾਂ ਦੀਆਂ। ਸਵੇਰੇ ਜਿਹੜੇ ਵੱਡੇ ਅਫਸਰ ਸੀ ਉਹ ਸਾਨੂੰ ਭਰੋਸਾ ਦਿੰਦੇ ਰਹੇ ਵੀ ਕੋਈ ਨੀ ਦਵਾ ਦਿੰਦੇ। ਐਸ ਐਸ ਪੀ ਸਾਹਿਬ ਵੱਡੇ ਵੱਡੇ ਜਿਹੜੇ ਹੋਰ ਵੀ ਅਫਸਰ ਆਏ ਆ, ਸਾਰਿਆਂ ਨੂੰ ਮਿਲੇ ਸੀਗੇ, ਉਹ ਕਹਿੰਦੇ ਵੇਟ ਕਰੋ ਅਸੀਂ ਦਵਾ ਦਿੰਦੇ, ਤੁਹਾਡਾ ਮੋਬਾਇਲ ਵੀ ਦਵਾ ਦਿੰਦੇ ਹਾਂ, ਤੁਹਾਡੇ ਦਾਰੂ ਦਰ ਕੇ ਇਲਾਜ ਲਾ ਜੀ। ਪਹਿਲਾਂ ਸਵੇਰੇ ਸਵੇਰੇ ਤਾਂ ਸਹੀ ਸੀ, ਜਿੱਦਾਂ ਵੀ ਥੋੜ੍ਹਾ ਥੋੜ੍ਹਾ ਲੱਗਦਾ ਸੀਗਾ, ਬਾਅਦ ਜਿਵੇਂ ਠੰਡਾ ਹੁੰਦਾ ਉਦੋਂ ਉਦੋਂ ਜਾਣੀ ਕਿ ਸਵੇਲਿੰਗ ਹੋ ਗਈ, ਥੋੜ੍ਹਾ ਦਰਦ ਵੀ ਹੋਣ ਲੱਗਾ ਜੀ। ਇਹ ਦੋ ਟੁੱਟੀਆਂ ਜੀ ਸੈਂਟਰ। ਮੇਰੇ ਤੋਂ ਚਲੋ ਧੱਕਾ ਮੁੱਕੇ ਹੋਏ ਬਚਾਅ ਵਾ, ਪਰ ਇਹ ਹੈ ਕਿ ਕੈਮਰਾਮੈਨ ਦੀਆਂ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਉਹ ਟੁੱਟ ਗਈਆਂ ਵਾ, ਜੋ ਕਿ ਪੁਲਿਸ ਦੀ ਜਿਹੜੀ ਸ਼ਰੇਆਮ ਉੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ। ਅਸੀਂ ਇਸ ਕਰਕੇ ਚੁੱਪ ਸੀਗੇ ਕਿਉਂਕਿ ਪੁਲਿਸ ਮੁਲਾਜ਼ਮ ਦਾ ਇੱਕ ਜਿਹੜਾ ਸ਼ਹੀਦ ਹੋਮਗਾਰਡ ਜਸਪਾਲ ਸਿੰਘ ਜਿਹੜੇ ਉਹ ਹੋ ਗਏ ਸੀਗੇ, ਇਸ ਕਰਕੇ ਅਸੀਂ ਚੁੱਪ ਸੀਗੇ ਕਿ ਇਸ ਚੀਜ਼ ਨੂੰ ਅਸੀਂ ਹਾਈਲਾਈਟ ਨਾ ਕੀਤਾ ਜਾਵੇ। ਪਰ ਸ਼ਾਮ ਤੱਕ ਜਦੋਂ ਮੀਡੀਆ ਨੂੰ ਨਿਆਂ ਨਾ ਮਿਲਿਆ, ਐਸ ਐਸ ਪੀ ਵੱਲੋਂ 14-15 ਵਾਰੀ ਕਿਹਾ ਗਿਆ ਕਿ ਹਾਂ ਇਹਨਾਂ ਦਾ ਮੋਬਾਈਲ ਦਿੱਤਾ ਜਾਵੇ, ਇਹਨਾਂ 'ਤੇ ਪੱਟੀ ਕਰਾਈ ਜਾਵੇ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਮੇਰੇ ਕੈਮਰਾਮੈਨ ਦੀਆਂ ਉਂਗਲਾਂ ਜਿਹੜੀਆਂ ਟੁੱਟ ਗਈਆਂ ਵਾ। ਪਰ ਜਦੋਂ ਅਸੀਂ ਇਹ ਦੇਖਿਆ ਕਿ ਹਾਂ ਵੀ ਉਂਗਲਾਂ ਟੁੱਟ ਗਈਆਂ ਵਾ, ਔਰ ਸ਼ਾਮ ਤੱਕ ਜਿਹੜਾ ਵਾ ਉਹ ਪੁਲਿਸ ਵੱਲੋਂ ਵੀ ਨਿਆਂ ਨਹੀਂ ਦਿੱਤਾ ਗਿਆ, ਕਿਉਂਕਿ ਮੈਂ ਗੱਲ ਜਿਹੜੀ ਐਸ ਐਸ ਪੀ ਨੇ ਘੱਟੋ ਘੱਟ 15 ਵਾਰੀ ਕਿਹਾ ਹੋਣਾ ਇਹਨਾਂ ਦਾ ਮੋਬਾਈਲ ਜਾਣ ਕੇ ਦਿਓ। ਔਰ ਉਸ ਤੋਂ ਬਾਅਦ ਅਸੀਂ ਰਾਜਪਾਲ ਸੰਧੂ ਜੀ, ਜਿਹੜੇ ਡੀ ਆਈ ਜੀ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਮੈਂ ਜੋ ਜ਼ਿੰਮੇਵਾਰ ਹਾਂ, ਮੈਂ ਫੋਨ ਤੁਹਾਡਾ ਲੈ ਕੇ ਦਊਂਗਾ, ਔਰ ਮੈਂ ਉਹਨਾਂ ਨੂੰ ਹੱਥ ਵੀ ਦਿਖਾਇਆ। ਮੈਂ ਕਿਹਾ ਆਹ ਗੁੰਡਾਗਰਦੀ ਕੀਤੀ ਆ ਮੀਡੀਆ ਦੇ ਨਾਲ ਪੁਲਿਸ ਨੇ, ਔਰ ਉਹਦੀ ਫੋਟੋ। ਉਸ ਤੋਂ ਬਾਅਦ ਜਿਹੜੇ ਬੰਦੇ ਨੇ ਡਾਂਗਾ ਮਾਰੀਆਂ ਸੀ ਉਹਨੂੰ ਐਸ ਐਸ ਪੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨੇ ਦੱਸਿਆ ਕਿ ਮੋਬਾਈਲ ਕਿਹਦੇ ਕੋਲੋਂ, ਕਹਿੰਦੇ ਹਾਂਜੀ ਡਾਂਗਾ ਮਾਰੀਆਂ ਵਾ, ਪਰ ਇਹ ਅਸੀਂ ਪੇਸ਼ ਕਿੱਥੇ ਕੀਤਾ। ਉਸ ਤੋਂ ਬਾਅਦ ਫਿਰ ਵੀ ਮੋਬਾਈਲ ਨਹੀਂ ਮਿਲਿਆ, ਨਿਆਂ ਨਹੀਂ ਮਿਲਿਆ। ਇਸ ਕਰਕੇ ਜਿਹੜੀ ਉੱਥੇ ਮੀਡੀਆ ਦੇ ਨਾਲ ਸ਼ਰੇਆਮ ਗੁੰਡਾਗਰਦੀ ਦਾ ਸ਼ਬਦ ਮੈਂ ਤਾਂ ਕਹਿੰਦਾ, ਕਿਉਂਕਿ ਜਦੋਂ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਪੀ ਟੀ ਸੀ ਦੀ ਆਈ ਡੀ ਹੱਥ ਦੇ ਵਿੱਚ ਫੜੀ ਹੋਈ ਆ, ਉਸ ਦੇ ਬਾਵਜੂਦ ਜਦੋਂ ਪੁਲਿਸ ਜਿਹੜੀ ਗੁੰਡਾਗਰਦੀ ਕਰਦੀ ਆ, ਇਹਦਾ ਮਤਲਬ ਜਾਣ ਬੁੱਝ ਕੇ ਜੇਕਰ ਅੱਜ ਮੁਲਾਜ਼ਮ ਮਰਿਆ, ਪੁਲਿਸ ਦੀ ਨਲਾਇਕੀ ਕਾਰਨ ਮਰਿਆ, ਜੇਕਰ 2 ਦਿਨ ਤੋਂ ਇਹ ਮਸਲਾ ਹੱਲ ਕਰ ਲੈਂਦੇ,
ਅੱਜ ਸੀਨੀਅਰ ਅਧਿਕਾਰੀ ਉੱਥੇ ਗਿਆ, ਸਿਆਣੇ ਅਧਿਕਾਰੀ ਗਏ, ਡੀਸੀ ਸਾਹਿਬ ਸੀਗੇ ਬਹੁਤ ਸੀਨੀਅਰ ਆ, ਔਰ ਜੇਕਰ ਉਹ ਗਏ ਅੱਜ ਜਾਂ ਡੀ ਆਈ ਜੀ ਗਏ ਜਾਂ ਦੂਜੇ ਵਰਿੰਦਰ ਢਿੱਲੋਂ ਜੀ ਗਏ, ਉਹ ਮਸਲਾ ਹੱਲ ਹੋਇਆ, ਬੈਠ ਕੇ ਹੋਇਆ ਨਾ। ਜੇਕਰ ਇਹ ਮਸਲਾ 2 ਦਿਨ ਪਹਿਲਾਂ ਹੱਲ ਹੋ ਸਕਦਾ ਸੀਗਾ, ਕੱਲ੍ਹ ਸ਼ਾਮ ਨੂੰ ਵੀ ਹੱਲ ਹੋ ਸਕਦਾ, ਕੱਲ੍ਹ ਕਿਉਂ ਨਹੀਂ ਇਹਨਾਂ ਨੇ ਬੈਠਣ ਦੀ ਗੱਲਬਾਤ ਕੀਤੀ। ਔਰ ਇਹ ਜਿਹੜੀ ਗੁੰਡਾਗਰਦੀ ਆ ਇਹ ਠੀਕ ਨਹੀਂ। ਜੇਕਰ ਮੀਡੀਆ ਅੱਜ ਲੋਕਾਂ ਦੇ ਨਿਆਂ ਨੂੰ ਆਉਂਦਾ, ਜੇਕਰ ਮੀਡੀਆ ਦੇ ਨਾਲ ਧੱਕਾ ਹੁੰਦਾ ਵਾ ਪੁਲਿਸ ਦਾ, ਇਹ ਸ਼ਰੇਆਮ ਅਸੀਂ ਹਟਾਵਾਂਗੇ, ਇਸ ਗੱਲ ਤੋਂ ਅਸੀਂ ਡਰਦੇ ਨਹੀਂ। ਠੀਕ ਹੈ ਜੀ, ਅਸੀਂ ਇਸ ਚੀਜ਼ ਨੂੰ ਅਸੀਂ SSP ਨੂੰ ਪੁੱਛ ਲਓ ਕਿ 15 ਵਾਰੀ ਘੱਟੋ ਘੱਟ SSP ਨੇ ਕਿਹਾ ਹੋਣਾ, ਔਰ ਸਾਰਾ ਧਿਆਨ 'ਚ ਲਿਆਂਦਾ ਕਿ ਅਸੀਂ ਤਾਂ ਕਿਹਾ ਕਿ ਚਲੋ SSP ਫੋਨ ਦੇਣਗੇ, ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਹੜੀ ਆ ਇਹਦੀ ਉਂਗਲਾਂ ਟੁੱਟੀਆਂ ਹੋਈਆਂ। ਪਰ ਇਹ ਕਿ ਜਦੋਂ ਐਕਸਰਾ ਕਰਾਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਦੀਆਂ ਉਂਗਲਾਂ ਟੁੱਟੀਆਂ, ਇਸ ਦਾ ਨਿਆਂ ਚਾਹੀਦਾ ਵਾ ਸਾਨੂੰ, ਮੋਬਾਈਲ ਵੀ ਸਾਡਾ ਵਾਪਸ ਚਾਹੀਦਾ, ਔਰ ਜਿਹੜੀਆਂ ਇਹਦੀਆਂ ਉਂਗਲਾਂ ਟੁੱਟੀਆਂ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਂਗਲਾਂ ਤੋੜੀਆਂ ਵਾ ਉਹਨਾਂ 'ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ। ਜੇ ਪੁਲਿਸ ਉਹਨਾਂ ਦਾ ਪੱਖਪਾਤ ਕਰਦੀ ਆ, ਅਸੀਂ ਕੋਰਟ ਥਰੂ ਜਾ ਕੇ ਜਿਹੜਾ ਉਹ ਲੜਾਈ ਕਾਨੂੰਨੀ ਲੜਾਈ ਲੜਾਂਗੇ। ਆਫਸਰ ਕੀ ਕਹਿ ਰਹੇ ਹੋ, ਤੁਹਾਨੂੰ ਫੋਲਾ ਵੀ ਆ ਰਹੀਆਂ? ਆਫਸਰਾਂ ਵੱਲੋਂ ਮੈਨੂੰ ਫੋਨ ਕੀਤਾ ਗਿਆ, ਕਹਿੰਦੇ ਕਿ ਜੇ ਤੁਹਾਡਾ ਜਿਹੜਾ ਫੋਨ ਵਾ ਉਹ ਜਿਹੜਾ ਵਾ ਉਹਦੀ ਅਸੀਂ ਜਿਹੜੀ ਪੇਮੈਂਟ ਜਿਹੜੀ ਅਸੀਂ ਕਰ ਦਿੰਦੇ ਹਾਂ। ਅਸੀਂ ਕਿਹਾ ਅਸੀਂ ਪੈਸੇ ਲੈਣ ਦੇ ਭੁੱਖੇ ਨੀਗੇ, ਸਾਨੂੰ ਨਿਆਂ ਚਾਹੀਦਾ, ਸਾਨੂੰ ਉਹੀ ਮੋਬਾਈਲ ਚਾਹੀਦਾ ਜਿਹੜਾ ਸਾਡਾ ਮੋਬਾਈਲ ਜ਼ਬਤ ਕੀਤਾ ਉਹੀ ਤੇ, ਔਰ ਇਸ ਨੂੰ ਨਿਆਂ ਚਾਹੀਦਾ। ਜਿਹੜੇ ਪੁਲਿਸ ਮੁਲਾਜ਼ਮ ਵੱਲੋਂ ਗੁੰਡਾਗਰਦੀ ਕੀਤੀ ਗਈ, ਸ਼ਰੇਆਮ ਲੋਹੇ ਦੀ ਡਾਂਗ ਵਰਤੀ ਗਈ, ਜਿਹੜੀ ਕਿ ਬੈਨ ਵਾ ਪੰਜਾਬ ਪੁਲਿਸ ਦੇ ਵਿੱਚ, ਬੈਂਤ ਦੀ ਜਿਹੜੀ ਡਾਂਗ ਆ ਉਹ ਵਰਤ ਸਕਦੇ ਆ, ਕਿਉਂਕਿ ਉਹ ਜਦੋਂ ਹੱਡੀ 'ਤੇ ਵੱਜਦੀ ਜੰਪ ਕਰਦੀ ਆ, ਉਹ ਲਾਸ਼ ਪਾ ਦਿੰਦੀ ਆ, ਪਰ ਇਹ ਆ ਕਿ ਉਹ ਹੱਡੀ ਨਹੀਂ ਤੋੜ ਸਕਦੀ। ਜਿਹੜੀ ਲੋਹੇ ਦੀ ਡਾਂਗ ਵਰਤੀ ਗਈ ਆ ਉਸ ਦੀ ਵੀਡੀਓ ਸਾਡੇ ਕੋਲ ਪ੍ਰੋਪਰਲੀ, ਔਰ ਉਹ ਡਾਂਗ ਜਿਹੜੀ ਵਰਤੀ ਗਈ ਉਹਦੇ ਨਾਲ ਜਿਹੜੀਆਂ 2 ਉਂਗਲਾਂ ਜਿਹੜੀਆਂ ਫੈਕਚਰ ਆਈਆਂ, ਉਹਨਾਂ 'ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਜਿਹੜਾ ਮੀਡੀਆ ਵਾ ਇੰਚਾਰਜ ਵਾ ਔਰ ਮੀਡੀਆ ਵੱਲੋਂ ਜਿਹੜਾ ਰਲ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ, ਇਸ ਨੂੰ ਹਾਈਲਾਈਟ ਕੀਤਾ ਜਾਊਗਾ, ਔਰ ਦਿੱਲੀ ਜਿਹੜੇ ਅਸੀਂ ਜਿਹੜੀ ਇੰਡੀਆ ਪ੍ਰੈਸ ਕੌਂਸਲ ਆ ਉਹਨਾਂ ਵੱਲੋਂ ਜਿਹੜੀ ਆ ਇੰਡੀਆ ਗਵਰਨਮੈਂਟ ਨੂੰ ਸ਼ਿਕਾਇਤ ਵੀ ਕੀਤੀ ਗਈ ਆ।